ਪੰਜਾਬੀ ਗੀਤਕਾਰ ਬੰਟੀ ਬੈਂਸ ਮਾਮਲੇ ਦੇ ਵਿੱਚ ਹੁਣ ਇੱਕ ਹੋਰ ਵੱਡੀ ਗ੍ਰਿਫਤਾਰੀ ਹੋਈ ਹੈ। ਦੱਸ ਦਈਏ ਕਿ ਪੰਜਾਬ ਪੁਲਿਸ ਦੀ AGTF ਨੇ ਮੁੱਖ ਮੁਲਜ਼ਮ ਨੂੰ ਕਾਬੂ ਕਰ ਲਿਆ। ਮੋਹਾਲੀ ਦੇ ਬਲੌਂਗੀ ਤੋਂ ਇੱਕ ਹੋਰ ਸ਼ੂਟਰ ਨੂੰ ਗ੍ਰਿਫਤਾਰ ਕੀਤਾ ਹੈ। ਬੰਬੀਹਾ ਗੈਂਗ ਦਾ ਇਹ ਸ਼ੂਟਰ ਦੱਸਿਆ ਜਾ ਰਿਹਾ, ਜਿਸ ਦੀ ਪਹਿਚਾਣ ਨੰਨੂ ਵਜੋਂ ਹੋਈ ਹੈ। ਸ਼ੂਟਰ ਨੰਨੂ ਤੋਂ ਨਜਾਇਜ਼ ਅਸਲਾ ਵੀ ਬਰਾਮਦ ਹੋਇਆ। ਤਾਂ ਵੱਡੀ ਕਾਮਯਾਬੀ ਪੰਜਾਬੀ ਗੀਤਕਾਰ ਬੰਟੀ ਬੈਂਸ ਮਾਮਲੇ ਦੇ ਵਿੱਚ ਹੋਈ ਹੈ। ਦੱਸ ਦਈਏ ਕਿ ਮੋਹਾਲੀ ਦੇ ਵਿੱਚ ਬੰਟੀ ਬੈਂਸ ਦੇ ਰੈਸਟੋਰੈਂਟ ਦੇ ਉੱਤੇ ਦੋ ਬਦਮਾਸ਼ਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਸੀ। ਹਾਲਾਂਕਿ ਕਿਹਾ ਜਾ ਰਿਹਾ ਕਿ 1 ਕਰੋੜ ਰੁਪਏ ਦੀ ਰੰਗਦਾਰੀ ਜੋ ਹੈ ਮੰਗੀ ਗਈ ਸੀ ਬੰਟੀ ਬੈਂਸ ਤੋਂ, ਤਾਂ ਉਸਨੂੰ ਲੈ ਕੇ ਇਹ ਫਾਇਰਿੰਗ ਕੀਤੀ ਗਈ ਸੀ। ਦੋਵੇਂ ਬਦਮਾਸ਼ CCTV ਦੇ ਵਿੱਚ ਕੈਦ ਵੀ ਹੋਏ ਸੀ। ਹਾਲਾਂਕਿ ਇਹਨਾਂ ਦੇ ਵਿੱਚੋਂ ਇੱਕ ਬਦਮਾਸ਼ ਨੂੰ ਬੀਤੇ ਦਿਨਾਂ ਕੁਰਸ਼ੇਤਰ ਦੇ ਪਿਪਲੀ ਤੋਂ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਦੀ ਪਹਿਚਾਣ ਫਿਰੋਜ਼ ਖਾਨ ਵਜੋਂ ਹੋਈ ਸੀ ਤੇ ਉਸਨੂੰ ਪੁਲਿਸ ਨੇ ਐਨਕਾਊਂਟਰ ਦੇ ਦੌਰਾਨ ਹਰਿਆਣਾ ਦੀ ਪੁਲਿਸ ਦੇ ਵੱਲੋਂ ਕਾਬੂ ਕੀਤਾ ਗਿਆ ਸੀ। ਫਿਰੋਜ਼ ਖਾਨ ਵਜੋਂ ਉਸਦੀ ਪਹਿਚਾਣ ਹੋਈ ਸੀ, ਜੋ ਕਿ ਬੰਬੀਹਾ ਗੈਂਗ ਦਾ ਸ਼ਾਰਪ ਸ਼ੂਟਰ ਦੱਸਿਆ ਜਾ ਰਿਹਾ ਸੀ। ਤੇ ਅੱਜ ਕਿਹਾ ਜਾ ਰਿਹਾ ਕਿ ਸਵੇਰੇ AGTF ਦੀ ਪੁਲਿਸ ਦੇ ਵੱਲੋਂ ਮੋਹਾਲੀ ਦੇ ਬਲੌਂਗੀ 'ਚ ਛਾਪੇਮਾਰੀ ਕੀਤੀ ਗਈ ਤੇ ਉਸਦੇ ਵਿੱਚ ਨੰਨੂ, ਜੋ ਕਿ ਦੂਸਰਾ ਸ਼ਾਰਪ ਸ਼ੂਟਰ ਦੱਸਿਆ ਜਾ ਰਿਹਾ, ਜਿਸਨੇ ਬੰਟੀ ਬੈਂਸ ਦੇ ਰੈਸਟੋਰੈਂਟ ਤੇ ਫਾਇਰਿੰਗ ਕੀਤੀ ਸੀ, ਉਸਨੂੰ ਵੀ ਹੁਣ ਗ੍ਰਿਫਤਾਰ ਕਰ ਲਿਆ। ਤਾਂ ਕਿਹਾ ਜਾ ਸਕਦਾ ਹੈ ਕਿ AGTF ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ। ਹਾਲਾਂਕਿ ਜੋ ਬੀਤੇ ਦਿਨਾਂ ਫਿਰੋਜ਼ ਖਾਨ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਉਹ ਬੰਬੀਹਾ ਗੈਂਗ ਦਾ ਸ਼ਾਰਪ ਸ਼ੂਟਰ ਦੱਸਿਆ ਜਾ ਰਿਹਾ ਸੀ, ਜੋ ਕਿ ਰਾਜਨ, ਜਿਸਦਾ ਕਿ ਯਮੁਨਾਨਗਰ ਦੇ ਵਿੱਚ ਕਤਲ ਕੀਤਾ ਗਿਆ ਸੀ। ਲਾਰੈਂਸ ਬਿਸ਼ਨੋਈ ਗਰੁੱਪ ਦਾ ਸ਼ਾਰਪ ਸ਼ੂਟਰ ਦੱਸਿਆ ਜਾ ਰਿਹਾ ਸੀ ਰਾਜਨ ਵੀ, ਤੇ ਉਸਦੀ ਅੱਧੀ ਸੜੀ ਹੋਈ ਲਾਸ਼ ਯਮੁਨਾਨਗਰ ਦੇ ਵਿੱਚ ਬਰਾਮਦ ਹੋਈ ਸੀ। ਤਾਂ ਉਸ ਕੇਸ ਦੇ ਵਿੱਚ ਵੀ ਫਿਰੋਜ਼ ਖਾਨ ਜੋ ਸੀ ਉਹ ਲੋੜੀਂਦਾ ਸੀ, ਤੇ ਪੁਲਿਸ ਨੇ ਜਦੋਂ ਪਿਪਲੀ ਦੇ ਵਿੱਚ ਉਸਨੂੰ ਘੇਰਾ ਪਾਇਆ ਸਰੈਂਡਰ ਕਰਨ ਦੇ ਲਈ ਕਿਹਾ, ਤਾਂ ਉਸਨੇ ਪੁਲਿਸ ਦੇ ਉੱਤੇ ਹੀ ਫਾਇਰਿੰਗ ਕਰ ਦਿੱਤੀ। ਜਵਾਬੀ ਫਾਇਰਿੰਗ ਦੇ ਵਿੱਚ ਉਸਦੇ ਪੈਰ ਤੇ ਗੋਲੀ ਲੱਗਦੀ ਹੈ ਤੇ ਉਸਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਤੇ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਤਾਂ ਦੱਸ ਦਈਏ ਕਿ ਦੋ ਬਦਮਾਸ਼ਾਂ ਦੇ ਵੱਲੋਂ ਬੰਟੀ ਬੈਂਸ ਦੇ ਰੈਸਟੋਰੈਂਟ ਤੇ ਫਾਇਰਿੰਗ ਕੀਤੀ ਗਈ ਸੀ ਤੇ ਦੋਵਾਂ ਨੂੰ ਹੁਣ ਗ੍ਰਿਫਤਾਰ ਕਰ ਲਿਆ ਗਿਆ। ਇੱਕ ਦੀ ਗ੍ਰਿਫਤਾਰੀ ਹਰਿਆਣਾ ਦੇ ਵਿੱਚ ਹੋਈ ਹੈ ਤੇ ਦੂਸਰੇ ਨੂੰ ਹੁਣ ਮੋਹਾਲੀ ਦੇ ਬਲੌਂਗੀ ਤੋਂ ਗ੍ਰਿਫਤਾਰ ਕੀਤਾ ਗਿਆ। ਪੰਜਾਬੀ ਗੀਤਕਾਰ ਬੰਟੀ ਬੈਂਸ ਮਾਮਲੇ ਦੇ ਵਿੱਚ ਹੁਣ ਇੱਕ ਹੋਰ ਵੱਡੀ ਗ੍ਰਿਫਤਾਰੀ ਹੋਈ ਹੈ। ਦੱਸ ਦਈਏ ਕਿ ਪੰਜਾਬ ਪੁਲਿਸ ਦੀ AGTF ਨੇ ਮੁੱਖ ਮੁਲਜ਼ਮ ਨੂੰ ਕਾਬੂ ਕਰ ਲਿਆ। ਮੋਹਾਲੀ ਦੇ ਬਲੌਂਗੀ ਤੋਂ ਇੱਕ ਹੋਰ ਸ਼ੂਟਰ ਨੂੰ ਗ੍ਰਿਫਤਾਰ ਕੀਤਾ ਹੈ। ਬੰਬੀਹਾ ਗੈਂਗ ਦਾ ਇਹ ਸ਼ੂਟਰ ਦੱਸਿਆ ਜਾ ਰਿਹਾ, ਜਿਸ ਦੀ ਪਹਿਚਾਣ ਨੰਨੂ ਵਜੋਂ ਹੋਈ ਹੈ। ਸ਼ੂਟਰ ਨੰਨੂ ਤੋਂ ਨਜਾਇਜ਼ ਅਸਲਾ ਵੀ ਬਰਾਮਦ ਹੋਇਆ। ਤਾਂ ਵੱਡੀ ਕਾਮਯਾਬੀ ਪੰਜਾਬੀ ਗੀਤਕਾਰ ਬੰਟੀ ਬੈਂਸ ਮਾਮਲੇ ਦੇ ਵਿੱਚ ਹੋਈ ਹੈ। ਦੱਸ ਦਈਏ ਕਿ ਮੋਹਾਲੀ ਦੇ ਵਿੱਚ ਬੰਟੀ ਬੈਂਸ ਦੇ ਰੈਸਟੋਰੈਂਟ ਦੇ ਉੱਤੇ ਦੋ ਬਦਮਾਸ਼ਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਸੀ। ਹਾਲਾਂਕਿ ਕਿਹਾ ਜਾ ਰਿਹਾ ਕਿ 1 ਕਰੋੜ ਰੁਪਏ ਦੀ ਰੰਗਦਾਰੀ ਜੋ ਹੈ ਮੰਗੀ ਗਈ ਸੀ ਬੰਟੀ ਬੈਂਸ ਤੋਂ, ਤਾਂ ਉਸਨੂੰ ਲੈ ਕੇ ਇਹ ਫਾਇਰਿੰਗ ਕੀਤੀ ਗਈ ਸੀ। ਦੋਵੇਂ ਬਦਮਾਸ਼ CCTV ਦੇ ਵਿੱਚ ਕੈਦ ਵੀ ਹੋਏ ਸੀ। ਹਾਲਾਂਕਿ ਇਹਨਾਂ ਦੇ ਵਿੱਚੋਂ ਇੱਕ ਬਦਮਾਸ਼ ਨੂੰ ਬੀਤੇ ਦਿਨਾਂ ਕੁਰਸ਼ੇਤਰ ਦੇ ਪਿਪਲੀ ਤੋਂ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਦੀ ਪਹਿਚਾਣ ਫਿਰੋਜ਼ ਖਾਨ ਵਜੋਂ ਹੋਈ ਸੀ ਤੇ ਉਸਨੂੰ ਪੁਲਿਸ ਨੇ ਐਨਕਾਊਂਟਰ ਦੇ ਦੌਰਾਨ ਹਰਿਆਣਾ ਦੀ ਪੁਲਿਸ ਦੇ ਵੱਲੋਂ ਕਾਬੂ ਕੀਤਾ ਗਿਆ ਸੀ। ਫਿਰੋਜ਼ ਖਾਨ ਵਜੋਂ ਉਸਦੀ ਪਹਿਚਾਣ ਹੋਈ ਸੀ, ਜੋ ਕਿ ਬੰਬੀਹਾ ਗੈਂਗ ਦਾ ਸ਼ਾਰਪ ਸ਼ੂਟਰ ਦੱਸਿਆ ਜਾ ਰਿਹਾ ਸੀ। ਤੇ ਅੱਜ ਕਿਹਾ ਜਾ ਰਿਹਾ ਕਿ ਸਵੇਰੇ AGTF ਦੀ ਪੁਲਿਸ ਦੇ ਵੱਲੋਂ ਮੋਹਾਲੀ ਦੇ ਬਲੌਂਗੀ 'ਚ ਛਾਪੇਮਾਰੀ ਕੀਤੀ ਗਈ ਤੇ ਉਸਦੇ ਵਿੱਚ ਨੰਨੂ, ਜੋ ਕਿ ਦੂਸਰਾ ਸ਼ਾਰਪ ਸ਼ੂਟਰ ਦੱਸਿਆ ਜਾ ਰਿਹਾ, ਜਿਸਨੇ ਬੰਟੀ ਬੈਂਸ ਦੇ ਰੈਸਟੋਰੈਂਟ ਤੇ ਫਾਇਰਿੰਗ ਕੀਤੀ ਸੀ, ਉਸਨੂੰ ਵੀ ਹੁਣ ਗ੍ਰਿਫਤਾਰ ਕਰ ਲਿਆ। ਤਾਂ ਕਿਹਾ ਜਾ ਸਕਦਾ ਹੈ ਕਿ AGTF ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ। ਹਾਲਾਂਕਿ ਜੋ ਬੀਤੇ ਦਿਨਾਂ ਫਿਰੋਜ਼ ਖਾਨ ਨੂੰ
ਗ੍ਰਿਫਤਾਰ ਕੀਤਾ ਗਿਆ ਸੀ ਉਹ ਬੰਬੀਹਾ ਗੈਂਗ ਦਾ ਸ਼ਾਰਪ ਸ਼ੂਟਰ ਦੱਸਿਆ ਜਾ ਰਿਹਾ ਸੀ ਜੋ ਕਿ ਰਾਜਨ ਜਿਸਦਾ ਕਿ ਯਮੁਨਾਨਗਰ ਦੇ ਵਿੱਚ ਕਤਲ ਕੀਤਾ ਗਿਆ ਸੀ ਲਾਰੈਂਸ ਬਿਸ਼ਨੋਈ ਗਰੁੱਪ ਦਾ ਸ਼ਾਰਪ ਸ਼ੂਟਰ ਦੱਸਿਆ ਜਾ ਰਿਹਾ ਸੀ ਰਾਜਨ ਵੀ ਤੇ ਉਸਦੀ ਅੱਧੀ ਸੜੀ ਹੋਈ ਲਾਸ਼ ਯਮੁਨਾਨਗਰ ਦੇ ਵਿੱਚ ਬਰਾਮਦ ਹੋਈ ਸੀ ਤਾਂ ਉਸ ਕੇਸ ਦੇ ਵਿੱਚ ਵੀ ਫਿਰੋਜ਼ ਖਾਨ ਜੋ ਸੀ ਉਹ ਲੋੜੀਂਦਾ ਸੀ ਤੇ ਪੁਲਿਸ ਨੇ ਜਦੋਂ ਪਿਪਲੀ ਦੇ ਵਿੱਚ ਉਸਨੂੰ ਘੇਰਾ ਪਾਇਆ ਸਰੈਂਡਰ ਕਰਨ ਦੇ ਲਈ ਕਿਹਾ ਤਾਂ ਉਸਨੇ ਪੁਲਿਸ ਦੇ ਉੱਤੇ ਹੀ ਫਾਇਰਿੰਗ ਕਰ ਦਿੱਤੀ ਜਵਾਬੀ ਫਾਇਰਿੰਗ ਦੇ ਵਿੱਚ ਉਸਦੇ ਪੈਰ ਤੇ ਗੋਲੀ ਲੱਗਦੀ ਹੈ ਤੇ ਉਸਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਤੇ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤਾਂ ਦੱਸ ਦਈਏ ਕਿ ਦੋ ਬਦਮਾਸ਼ਾਂ ਦੇ ਵੱਲੋਂ ਬੰਟੀ ਬੈਂਸ ਦੇ ਰੈਸਟੋਰੈਂਟ ਤੇ ਫਾਇਰਿੰਗ ਕੀਤੀ ਗਈ ਸੀ ਤੇ ਦੋਵਾਂ ਨੂੰ ਹੁਣ ਗ੍ਰਿਫਤਾਰ ਕਰ ਲਿਆ ਗਿਆ ਇੱਕ ਦੀ ਗ੍ਰਿਫਤਾਰੀ ਹਰਿਆਣਾ ਦੇ ਵਿੱਚ ਹੋਈ ਹੈ ਤੇ ਦੂਸਰੇ ਨੂੰ ਹੁਣ ਮੋਹਾਲੀ ਦੇ ਬਲੌਂਗੀ ਤੋਂ ਗ੍ਰਿਫਤਾਰ ਕੀਤਾ ਗਿਆ।